ਆਪੇ ਭੱਜੀ ਜਾ ਰਹੀ ਆ ਉਹਦੇ ਹੱਥ ਛੱਡੇ ਹੋਇਆ ਦੇਖ ਆਹ ਦੇਖੋ ਇੱਥੇ ਤੁਸੀਂ ਦੇਖ ਸਕਦੇ ਇਧਰਲੀ ਸਾਈਡ ਰਾਈਟ ਨਾਓ ਪਿੱਛੇ ਤੋਂ ਉੱਪਰ ਨੂੰ ਚੜਾਈ ਜਾ ਰਹੀ ਹੈ ਆ ਚੜਾਈ ਆ ਨਾ ਹਾਂਜੀ ਇਹ ਨੀਚੇ ਤੋਂ ਐ ਚੜਾਈ ਜਾ ਰਹੀ ਹੈ ਜੇ ਤੁਸੀਂ ਇੱਥੇ ਆਉਂਗੇ ਮੈਂ ਜਿਹੜਾ ਲਿੰਕ ਹੈ ਉਹ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮੈਪ ਦਾ ਪਾਇਆ ਹੋਊਗਾ ਹਾਂਜੀ ਤੁਸੀਂ ਉੱਥੇ ਜਾ ਕੇ ਕਲਿੱਕ ਕਰਕੇ ਵਾਚ ਕਰ ਸਕਦੇ ਹੋ ਤਾਂ ਜਿਹੜਾ ਦਾ ਡੈਮੋ ਮੈਂ ਤੁਹਾਨੂੰ ਪਹਿਲਾਂ ਦਿਖਾਉਣ ਜਾ ਰਿਹਾ ਸਭ ਤੋਂ ਪਹਿਲਾਂ ਮੈਂ ਬੋਟਲ ਦੇ ਨਾਲ ਕਰਾਂਗਾ ਪਾਣੀ ਦੀ ਬੋਟਲ ਇੱਥੇ ਰੱਖਾਂਗਾ ਲੈਟਸ ਸੀ ਵੀ ਜਿਹੜੀ ਮੈਗਨੇਟ ਹਿੱਲ ਜਿਹਨੂੰ ਆਪਾਂ ਕਹਿੰਦੇ ਆ ਕਿ ਇਹ ਉੱਪਰ ਨੂੰ ਜਾਂਦੀ ਹੈ ਜਾਂ ਨਹੀਂ ਜੇ ਇਹ ਚਲੇ ਗਈ ਤਾਂ ਉਸ ਤੋਂ ਬਾਅਦ ਮੈਂ ਟਰਾਈ ਕਰਾਂਗਾ ਆਪਣੀ ਕਾਰ ਨੂੰ ਮੈਂ ਨਿਊਟਰਲ ਦੇ ਵਿੱਚ ਰੱਖਾਂਗਾ ਉਸ ਤੋਂ ਬਾਅਦ ਫਿਰ ਉੱਪਰ ਨੂੰ ਜਾਊਂਗੀ ਓਕੇ ਹੁਣ ਮੈਂ ਪਹਿਲਾਂ ਤੁਹਾਨੂੰ ਕਰਕੇ ਦਿਖਾਉਣ ਲੱਗਿਆ ਪਹਿਲੀ ਗੱਲ ਤਾਂ ਸਾਰਿਆਂ ਨੂੰ ਇਹ ਦਿਖਣਾ ਚਾਹੀਦਾ ਤੁਹਾਨੂੰ ਜਿਹੜੀ ਚੀਜ਼ ਬਣਾ ਰਹੇ ਹੋ ਤੁਹਾਨੂੰ ਦਿਖਣੀ ਵੀ ਉੱਪਰ ਨੂੰ ਜਾ ਰਹੀ ਹੈ ਉੱਪਰ ਨੂੰ ਜਾ ਰਹੀ ਹੈ ਤੁਹਾਨੂੰ ਪਤਾ ਲੱਗ ਰਿਹਾ ਉੱਪਰ ਇਹ ਪਾਣੀ ਦੀ ਪੂਰੀ ਬੋਟਲ ਭਰੀ ਹੋਈ ਹੈ ਇਵਨ ਕਿ ਮੈਂ ਇਹਨੂੰ ਓਪਨ ਨਹੀਂ ਕੀਤਾ ਇਹਨੂੰ ਮੈਂ ਰੱਖਣ ਲੱਗਿਆ ਹੁਣ ਇੱਥੇ ਤੇ ਜਿਵੇਂ ਮੈਂ ਇਹਨੂੰ ਰੱਖ ਦੂੰਗਾ ਤੁਸੀਂ ਹੁਣ ਦੇਖ ਦਿਓ ਵੀ ਬਿਨਾ ਫੋਰਸ ਲਾਏ ਇਹ ਉੱਪਰ ਨੂੰ ਜਾ ਰਹੀ ਹੈ ਆ ਜਾਂਦੀ ਆ ਅਰੇ ਆ ਤਾਂ ਜਾਂਦੀ ਆਦੇ ਵੀ ਉੜੀ ਜਾ ਰਹੀ ਆ ਸਪੀਡ ਦੇਖੋ ਤੁਸੀਂ ਇਹਦੀ ਉੱਪਰ ਤੋਂ ਕਰਕੇ ਦਿਖਾ ਉਹ ਵੇਖੋ ਚੜਾਈ ਆ ਨਹੀਂ ਹੈਗਾ ਉਤਰਾਈ ਆ ਇਹ ਜਾ ਰਹੀ ਆ ਹਾਂ ਹੁਣ ਇਸ ਤੋਂ ਬਾਅਦ ਆਪਾਂ ਹੁਣ ਗੱਡੀ ਕਰਕੇ ਦਿਖਾਵਾਂਗੇ ਭਾਈ ਚੜਾਈ ਆ ਇਹ ਉਤਰਾਈ ਕੋਈ ਨਹੀਂ ਹੈਗੀ ਤੁਹਾਨੂੰ ਦਿਖ ਵੀ ਰਹੂਗਾ ਇੱਥੇ ਪਾਇਆ ਕਿਤੇ ਨੇ ਨਿਸ਼ਾਨੇ ਨਾਲ ਇਹਦੀ ਪੋਜੀਸ਼ਨ ਸੈੱਟ ਕਰਦੇ ਹੋਏ ਠੀਕ ਆ ਉਹੀ ਸੇਮ ਰੋਡ ਆ ਜਿਹੜਾ ਤੁਹਾਨੂੰ ਦੱਸਿਆ ਸੀ ਜਿੱਥੇ ਹੁਣ ਆਪਾਂ ਨੇ ਪਹਿਲਾਂ ਬੋਟਲ ਕਰਕੇ ਦੇਖੀ ਆ ਹੁਣ ਆਪਾਂ ਇੱਥੇ ਗੱਡੀ ਕਰ ਦੇਣੀ ਆ ਬੰਦ ਤੇ ਪਾ ਦੇਣੀ ਆ ਨਿਊਟਰਲ ਤੇ ਸੋ ਮੈਂ ਹੁਣ ਗੱਡੀ ਹੈ ਮੈਨੂੰ ਨਿਊਟਰਲ ਤੇ ਕਰਨ ਲੱਗਿਆ ਤੁਸੀਂ ਦੇਖ ਸਕਦੇ ਹੋ ਗੱਡੀ ਨਿਊਟਰਲ ਆ ਇਸ ਸਮੇਂ ਤੇ ਮੈਂ ਇੱਥੋਂ ਛੱਡ ਕੇ ਹੁਣ ਆਪਣੇ ਬ੍ਰੇਕ ਤੋਂ ਮੈਂ ਪੈਰ ਚੱਕਣ ਲੱਗੇ ਬਣ ਕੇ ਮੈਂ ਬਾਹਰ ਨਿਕਲ ਲੱਗਿਆ ਇਸ ਸਮੇਂ ਮੈਂ ਬ੍ਰੇਕ ਲਗਾਈ ਹੋਈ ਹੈ ਕਿਉਂਕਿ ਮੈਨੂੰ ਪਤਾ ਹੈ ਇਹਨੇ ਅੱਗੇ ਚੱਲਣਾ ਮੈਂ ਹੁਣ ਆਪਣਾ ਪੈਰ ਚੱਕਣ ਜਾ ਰਿਹਾ ਹਾਂਜੀ ਦੇਖੋ ਪੈਰ ਚੱਕਿਆ ਸਪੀਡ ਦੇਖੋ ਗੱਡੀ ਦੀ ਆ ਵੀ ਐਵੇਂ ਆ ਰਹੀ ਹੈ ਪਿੱਛੇ ਇੱਕ ਗੱਡੀ ਹੋਰ ਆ ਰਹੀ ਹੈ ਸਾਰੇ ਆ ਕੇ ਟੈਸਟ ਕਰਦੇ ਤੁਸੀਂ ਗੂਗਲ ਤੇ ਵੀ ਚੈੱਕ ਕਰ ਸਕਦੇ ਹੋ ਆਪੇ ਭੱਜੀ ਜਾ ਰਹੀ ਆ ਉਹਦੇ ਹੱਥ ਛੱਡੇ ਆ ਦੇਖ ਆਹ ਦੇਖੋ ਇੱਥੇ ਸਪੈਸ਼ਲ ਇਹਨੇ ਇੰਸਟਰਕਸ਼ਨ ਵੀ ਦਿੱਤੀ ਹੋਈ ਆ ਮੈਂ ਵਿੱਚ ਬੈਠ ਆ ਦੇਖ ਸਕਦੇ ਤੁਸੀਂ ਉੱਥੋਂ ਪੁਆਇੰਟ ਤੋਂ ਸ਼ੁਰੂ ਹੁੰਦੀ ਆ ਲੋਕੇਸ਼ਨ ਜਿਹੜੀ ਹੋਊਗੀ ਮੈਂ ਨੀਚੇ ਨਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਦਾਂਗਾ ਤੇ ਆਹ ਦੇਖੋ ਹੁਣ ਆਪਾਂ ਦੁਬਾਰਾ ਉਹ ਲਾਸਟ ਪੁਆਇੰਟ ਤੋਂ ਸ਼ੁਰੂ ਕਰਨ ਲੱਗੇ ਆ ਗੱਡੀ ਆਪਾਂ ਨੇ ਇੱਥੇ ਛੱਡ ਦੇਣੀ ਆ ਤੁਸੀਂ ਦੇਖ ਸਕਦੇ ਆ ਤੇ ਇਹ ਬਿਲਕੁਲ ਐਂਡ ਪੁਆਇੰਟ ਤੇ ਆਪਣੇ ਸ਼ੁਰੂ ਕਰਨੀ ਆ ਛੱਡਤੀ ਚਲੋ ਹੁਣ ਮੈਂ ਸੈਕਿੰਡ ਟਾਈਮ ਇਹਨੂੰ ਟਰਾਈ ਕਰਨ ਲੱਗਿਆ ਤੁਹਾਡੇ ਸਾਹਮਣੇ ਮੈਂ ਦਿਖਾਉਣ ਲੱਗਿਆ ਮੈਂ ਮੇਰੇ ਪੈਰ ਇੱਥੇ ਦੇ ਇੱਥੇ ਹੀ ਨੇ ਕਿਉਂਕਿ ਮੈਂ ਥੋੜਾ ਸੇਫਟੀ ਲਈ ਹਾਂ ਗੱਡੀ ਜੋ ਨਿਕਲ ਨਹੀਂ ਰਿਹਾ ਗੱਡੀ ਤੇਜ਼ ਹੋ ਜਾਂਦੀ ਹੈ ਨਾ ਦੇਖ ਸਕਦੇ ਹੋ ਅੰਦਰੋਂ ਮੈਂ ਰਿਪੋਰਟ ਕਰ ਰਿਹਾ ਕਿ ਮੇਰੇ ਪੈਰ ਮੋਚ ਗਏ ਸੋ ਮੈਂ ਹੁਣ ਇਹਨੂੰ ਸਿੱਧਾ ਜਾ ਕੇ ਨਿਊਟਰਲ ਤੇ ਪਾਉਣ ਲੱਗਿਆ ਪਹਿਲਾਂ ਮੈਨੂੰ ਬ੍ਰੇਕ ਤੇ ਪੈਰ ਰੱਖਣਾ ਪੈਣਾ ਬ੍ਰੇਕ ਤੋਂ ਬਾਅਦ ਮੈਂ ਨਿਊਟਰਲ ਹੁਣ ਜਦੋਂ ਮੈਂ ਨਿਊਟਰਲ ਤੇ ਪਾ ਦਿੱਤਾ ਹਾਂ ਹੁਣ ਆਪਣਾ ਪੈਰ ਬ੍ਰੇਕ ਤੇ ਇਸ ਸਮੇਂ ਪੈਰ ਮੈਂ ਚੱਕਣ ਲੱਗਿਆ ਆਪਣਾ ਪੈਰ ਆਪਾਂ ਬ੍ਰੇਕ ਤੇ ਚੱਕ ਲਿਆ ਅਰੇ ਭੱਜੀ ਜਾ ਰਹੀ ਹੈ ਗੱਡੀ ਆਪਣੇ ਆਪ ਸਪੀਡ ਤੁਸੀਂ ਚੈੱਕ ਕਰ ਸਕਦੇ ਮੈਨੂੰ ਵੀ ਨਾਲ ਭੱਜਣਾ ਪੈ ਰਿਹਾ ਥੋੜ੍ਹੀ ਮੋਟੀ ਵੀਡੀਓ ਇੱਥੇ ਸ਼ੇਕ ਹੀ ਹੋਊਗੀ ਲੈ ਭੱਜੀ ਗਈ ਤੁਸੀਂ ਆ ਕੇ ਖੁਦ ਵੀ ਚੈੱਕ ਕਰ ਸਕਦੇ ਹੋ ਲੋਕੇਸ਼ਨ ਤੇ ਜੇ ਤੁਸੀਂ ਇੱਥੇ ਰਹਿੰਦੇ ਹੋ ਕੈਨੇਡਨ ਇਹਦਾ ਭੱਜ ਲੈ ਇੰਨਾ ਮੇਰੇ ਤੋਂ ਨਹੀਂ ਭੱਜਿਆ ਜਾਂਦਾ ਆ ਮੇਨ ਹਾਈਵੇ ਨਾਲ 410 ਦੇਖ ਸਕਦੇ ਹੋ ਤੁਸੀਂ ਹਾਂਜੀ ਕਿਵੇਂ ਰਿਹਾ ਤੁਹਾਡਾ ਹੋ ਲੈ ਇੱਕ ਗੱਡੀ ਹੋਰ ਪਿੱਛੇ ਬ੍ਰੇਕਾਂ ਮਾਰਨੀ ਪੈਂਦੀ ਭੱਜ ਨਾ ਜਾਵੇ ਆ ਹੁਣ ਭਜਾ ਕੇ ਛੱਡੀ ਆ ਦੇਖੋ ਜਿਵੇਂ ਹੁਣ ਤੁਸੀਂ ਦੇਖੀ ਹੋਈ ਆ ਬਾਕੀ ਦੋ ਵਾਰ ਤੁਹਾਨੂੰ ਦਿਖਾਤੀ ਆਪਾਂ ਹੁਣ ਥਰਡ ਟਾਈਮ ਵੀ ਟਰਾਈ ਕਰ ਰਹੇ ਹਾਂ ਅਤੇ ਬਾਕੀ ਜੇ ਤੁਸੀਂ ਟਰਾਈ ਕਰਨੀ ਜ਼ਰੂਰ ਆਇਓ ਇੱਥੇ ਲੋਕੇਸ਼ਨ ਤੁਹਾਨੂੰ ਡਿਸਕ੍ਰਿਪਸ਼ਨ ਬੋਕਸ ਨੀਚੇ ਮਿਲ ਜੂਗੀ ਜਾ ਕੇ ਚੈੱਕ ਕਰ ਸਕਦੇ ਹੋ ਠੀਕ ਆ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਆ ਸਬਸਕ੍ਰਾਈਬ ਜ਼ਰੂਰ ਕਰਿਓ ਬਹੁਤ ਹੀ ਫਨੀ ਚੀਜ਼ ਆ ਮਤਲਬ ਇੱਕ ਵਾਰ ਬੰਦਾ ਹੈਰਾਨ ਵੀ ਹੈ ਵੀ ਇੱਥੇ ਕਿਹੜਾ ਕਿਹੜੀ ਚੁੰਬਕ ਲੱਗੀ ਕਿਹੜਾ ਪਤਾ ਲੱਗਦਾ ਬਾਕੀ ਹੁਣ ਮੈਂ ਫੇਰ ਜਾਂਦਾ ਉੱਥੇ ਸਟਾਰਟਿੰਗ ਪੁਆਇੰਟ ਤੇ ਕੰਟਰੋਲ ਤੇ ਜਾ ਰਿਹਾ ਤੇ ਰਾਈਟ ਨਾਲ ਮੈਂ ਬ੍ਰੇਕ ਤੇ ਪੈਰ ਰੱਖੇ ਹੋਏ ਹੁਣ ਜਿਵੇਂ ਹੀ ਮੈਂ ਬ੍ਰੇਕ ਤੋਂ ਪੈਰ ਚੱਕਾਂਗਾ ਤੁਸੀਂ ਦੇਖ ਰਹੇ ਹੋ ਕਿ ਗੱਡੀ ਨੇ ਉੱਪਰ ਤੱਕ ਜਾਣਾ ਉਹ ਫਲ ਕਰ ਜੀ ਆਲਰੇਡੀ ਦੋ ਵਾਰ ਹੀ ਟੈਸਟ ਕਰ ਚੁੱਕੀ ਹੈ ਥਰਡ ਟਾਈਮ ਫਾਈਨਲ ਟੈਸਟ
ਸੋ ਮੈਂ ਹੁਣ ਆਪਣਾ ਪੈਰ ਉੱਪਰ ਚੱਕਣ ਲੱਗਿਆ ਹੈ ਸੋ ਮੇਰਾ ਪੈਰ ਇੱਥੇ ਹੀ ਰਹੂਗਾ ਜਿਹੜੀ ਅੰਦਰ ਤੋਂ ਵੀਡੀ ਹੈ ਬਟ ਹੁਣ ਤੁਸੀਂ ਦੇਖੋ ਗੱਡੀ ਹੌਲੀ ਹੌਲੀ ਆਪਣੇ ਆਪ ਹੀ एक गड्डी होर आ रही है आता वो भजी जा रही है मेन जेड़ा पॉइंट है ये इथों स्टार्ट होंदा लास्ट पॉइंट ते इत्थे आके खत्म होंदा इत्थे तक।